ਰੇਡੀਓ ਦੇ ਵਿੱਚ ਆਪਾਂ ਅੱਜ ਇਸ ਦਿਨ ਹੋਤ ਸੱਸੀ ਛੱਡ ਤੁਰੇ ਕਪਤਾ ਦਾ ਵਿਸ਼ਾ ਵਸਤੂ ਪੜਾਂਗੇ ਜਿਸ ਦਿਨ ਹੋਤ ਸੱਸੀ ਛੱਡੇ ਤੁਰੇ ਕਪਤਾ ਹਾਸ਼ਮ ਦੀ ਰਚਨਾ ਕਿਸ ਸੱਸੀ ਪੁੰਨੁਦਾਇ ਕਾਂਸ਼ ਹੈ ਇਸ ਕਾਵਿਸ਼ ਦਾ ਵਿਸ਼ਾ ਸੱਸੀ ਦਾ ਵਿਰਾਤ ਤੇ ਸਿੱਧਕ ਹੈ ਕਵੀ ਪੁੰਨੂ ਦੇ ਸੱਸੀ ਨੂੰ ਛੱਡ ਜਾਣ ਉਸ ਦੇ ਵਿਛੋੜੇ ਵਿੱਚ ਸੱਸੀ ਦੇ ਤੜਫੁਟਣ ਉਸ ਦਾ ਪਿੱਛਾ ਕਰਨ ਲਈ ਮਾਰਥਲਵਾਲ ਜਾਣ ਲਈ ਤਿਆਰ ਹੋਣਾ ਉਸ ਦੀ ਮਾਂ ਦੇ ਉਸ ਨੂੰ ਪੁੰਨੂ ਦਾ ਪਿੱਛਾ ਕਰਨ ਤੋਂ ਰੋਕਣ ਸੱਸੀ ਦੇ ਆਪਣੇ ਫੈਸਲੇ ਉੱਪਰ ਦੁਰ ਰਹਿਣ ਉਸ ਦੇ ਤਬਦੇ ਮਰਥਲ ਵਾਲ ਤੁਰ ਪੈਣ ਦੁਪਹਿਰ ਵਾਲੇ ਮਰਥਲ ਦੀ ਅਗ ਦੇ ਦਰਿਆ ਦਾ ਰੂਪ ਧਾਰਨ ਡਿਗਦੇ ਟਾਂ ਦੇ ਸੱਸੀ ਦੇ ਪੁੰਨੂ ਦੇ ਢਾਂਚੇ ਦਾ ਖੁਰਾ ਲਬਰਿਆਂ ਬਿਹਾਲ ਹੋਣ ਨਾਲ ਸੰਬੰਧਿਤ ਘਟਨਾਵਾਂ ਨੂੰ ਉਹਨਾਂ ਦੇ ਪ੍ਰਚੰਡ ਰੂਪ ਵਿੱਚ ਬੜੇ ਦਰਦ ਭਰੇ ਭਾਵਾਂ ਨਾਲ ਪੇਸ਼ ਕੀਤਾ ਹੈ ਅਸ਼ਮ ਲਿਖਦਾ ਹੈ ਕਿ ਜਿਸ ਦਿਨ ਹੋਦ ਪੁੰਨੂ ਸੱਸੀ ਨੂੰ ਛੱਡ ਕੇ ਚਲਾ ਗਿਆ ਸੀ ਉਹ ਦਿਨ ਇੰਨਾ ਸੜ ਰਿਆ ਸੀ ਕਿ ਨਰਕ ਵੀ ਕਦੀ ਇੱਕ ਪੱਲ ਲਈ ਇੰਨਾ ਨਹੀਂ ਤੱਪਿਆ ਹੋਣਾ ਸੱਸੀ ਉਸ ਦਿਨ ਦੀ ਅੱਗ ਵਿੱਚ ਨਰਕ ਦੀ ਅੱਗ ਦੇ ਸਾੜ ਤੋਂ ਵੀ ਵੱਧ ਕਸ਼ਟ ਪਾ ਰਹੀ ਸੀ ਜਾਲਮ ਇਸ਼ਕ ਨੇ ਸੱਸੀ ਦਾ ਇੰਨਾ ਬੁਰਾ ਹਾਲ ਕੀਤਾ ਸੀ ਕਿ ਉਸ ਦੇ ਦਾ ਖੋਨ ਉਸ ਦੀਆਂ ਅੱਖਾਂ ਰਾਈ ਫੁੱਟ ਕੇ ਵਹਿਣ ਲੱਗ ਪਿਆ ਪੁੰਨੂ ਦੇ ਵਿਛੋੜੇ ਕਾਰਨ ਰੋ ਕੁਲਾਰੇ ਸੱਸੀ ਨੇ ਆਪਣਾ ਹਾਸ ਸ਼ਿੰਗਾਰ ਤੋੜ ਸੁੱਟਿਆ ਤੇ ਉਹ ਆਪਣੇ ਵਾਲ ਖੋਲ ਕੇ ਬਾਰ-ਬਾਰ ਦੌੜ ਪਈ ਵਿਛੋੜੇ ਦੀ ਤਲਵਾਰ ਦੀ ਮਾਰ ਤੋਂ ਡਰਦੀ ਹੋਈ ਉਹ ਪੁੰਨੂ ਦਾ ਸਾਥ ਲੱਭਦੀ ਹੋਈ ਦੌੜ ਰਹੀ ਸੀ ਇਸ ਸਮੇਂ ਸੱਸੀ ਨੂੰ ਉਸ ਦੀ ਮਾਂ ਨੇ ਸਮਝਾਇਆ ਕਿ ਉਹ ਪੁੰਨੂ ਦਾ ਪਿੱਛਾ ਛੱਡ ਦੇਵੇ ਪੁੰਨੂ ਤੇ ਉਸਦੇ ਭਰਾ ਉਸ ਨੂੰ ਇਸ ਕਰਕੇ ਛੱਡ ਗਏ ਹਨ ਕਿਉਂਕਿ ਪੁੰਨੂ ਸ਼ਹਿਜ਼ਾਦਾ ਹੈ ਤੇ ਉਹ ਤੋਪੀਆਂ ਦੀ ਕਮੀਨੀ ਜਾਤ ਨਾਲ ਸੰਬੰਧ ਰੱਖਦੀ ਹੈ ਇਹੀ ਸੋਣਕੇ ਸਸਤੀ ਨੇ ਆਪਣੇ ਮਾਨੋ ਕਿਹਾ ਕਿ ਪੁਨਰ ਨਮੂੜ ਪ੍ਰਾਪਤ ਕਰਨ ਲਈ ਰਸਤਾ ਭਾਵੇਂ ਕਿੰਨਾ ਭਿਆਨਕ ਹੋਵੇ ਪਰ ਉਹ ਇਸ ਰਸਤੇ ਨੂੰ ਪਾਰ ਕਰਕੇ ਉਸ ਦਾ ਪਿੱਛਾ ਕਰਨ ਦੇ ਫੈਸਲੇ ਤੋਂ ਨਹੀਂ ਹਟੇਗੀ। ਉਹ ਤਬਦੇ ਮਾਰਥਲਾਂ ਦੇ ਰਾਹ ਉੱਤੇ ਜਾਣ ਤਲੀ ਉਤੇ ਧਰ ਕੇ ਅੱਗੇ ਤੁਰਦੀ ਜਾਵੇਗੀ ਅਤੇ ਪਿੱਛੇ ਨਹੀਂ ਮੁੜੇਗੀ। ਜਿੰਨਾ ਚਿਰ ਉਸ ਵਿੱਚ ਕੋਈ ਸਾਹ ਬਾਕੀ ਹੈ ਉਹ ਨਿਰਾਸ਼ ਨਹੀਂ ਹੋਵੇਗੀ ਤੇ ਆਪਣੇ ਮੰਜ਼ਿਲ ਤੇ ਪਹੁੰਚਣ ਲਈ ਮੌਤ ਤੋਂ ਵੀ ਨਹੀਂ ਡਰੇਗੀ। ਜੇਕਰ ਅਬ ਉਸ ਦੀ ਕੋਈ ਸਹਾਇਤਾ ਕਰੇਗਾ ਤਾਂ ਉਹ ਉਸ ਦਾ ਪੱਲਾ ਫੜ ਕੇ ਆਪਣੇ ਮੰਜ਼ਿਲ ਤੇ ਪਹੁੰਚ ਜਾਵੇਗੀ। ਨਹੀਂ ਤਾਂ ਆਪਣੇ ਪੰਦ ਉਤੇ ਤੁਰਦੀ ਹੋਈ ਆਪਣੇ ਪ੍ਰੀਤਮ ਪਿੱਛੇ ਮਾਰਥਲ ਵਿੱਚ ਜਾਣ ਦੇ ਕਿ ਸ਼ਹੀਦ ਹੋ ਜਾਵੇਗੀ ਔਰ ਸਸੇ ਮਾਠਲ ਵਿੱਚ ਪੰਨੂ ਦੀ ਭਾਲ ਕਰਦੀ ਹੋਈ ਦੌੜ ਪਈ ਦੁਪਹਿਰ ਹੋਈ ਤਾਂ ਗਰਮੀ ਦੀ ਰੁੱਤ ਹੋਣ ਕਰਕੇ ਗਰਮੀ ਹੋਰ ਚਮਕ ਪਈ ਅਸਮਾਨ ਵੱਲੋਂ ਤਪਦੀ ਹਵਾ ਵਗ ਰਹੀ ਸੀ ਜੋ ਕਿ ਪੰਛੀਆਂ ਨੂੰ ਮਾਰ-ਮਾਰ ਕੇ ਥੱਲੇ ਸੁੱਟ ਰਹੀ ਸੀ ਧੁੱਪ ਵਿੱਚ ਸੜਦੀ ਬਲਦੀ ਰੇਤ ਇਸ ਤਰ੍ਹਾਂ ਪ੍ਰਤੀਤ ਹੁੰਦੀ ਸੀ ਜਿਵੇਂ ਸਾਰੇ ਮਾਰਥਾਂ ਵਿੱਚ ਅੱਗ ਦਾ ਦਰਿਆ ਖਲੋਤਾ ਹੋਵੇ ਤਪਦੇ ਮਾਰਥਾਂ ਵਿੱਚ ਸੱਸੀ ਕੁਝ ਡਿੱਗਦੀ ਢੈਂਦੀ ਤੇ ਕੁਝ ਉੱਠਦੀ ਪੈਂਦੀ ਹੋਈ ਦਮ ਲੈ ਲੈ ਜਾ ਰਹੀ ਸੀ ਉਹ ਡਿੱਗਣ ਮਗਰੋਂ ਫਿਰ ਉੱਠਦੀ ਸੀ ਤੇ ਅੱਗੇ ਚੱਲ ਪੈਂਦੀ ਸੀ ਉਹ ਡੋੰਟ ਰਹੀ ਸੀ ਕਿ ਉਸਨੂੰ ਕਿਸੇ ਪਾਸੇ ਪੰਨੂ ਤੇ ਊਂਠ ਦਾ ਖੂਰਾ ਮਿਲ ਜਾਵੇ ਪਰ ਉਸਨੂੰ ਕਿਸੇ ਪਾਸੇ ਮਿਲ ਨਹੀਂ ਸੀ ਰਿਹਾ ਜੇ ਤੁਹਾਨੂੰ ਇਸ ਵੀਡੀਓ ਵਿੱਚੋਂ ਕੁਝ ਸਿੱਖਣ ਨੂੰ ਮਿਲਿਆ ਤਾਂ ਇਸ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ